ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਵਿਧਾਂਜਲ ਤੁਹਾਡੇ ਨਾਲ 29 ਮਈ ਦਾ ਦਿਨ ਹਰ ਕਿਸੇ ਨੂੰ ਤਾਂ ਯਾਦ ਹੋਣਾ ਹੀ ਹੈ ਇਸ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਤਾਂ ਉਸ ਦਾ ਕਰ ਦਿੱਤਾ ਗਿਆ ਪਰ ਇੱਕ ਮਾਪੇ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਇੱਕ ਮਾਪੇ ਤੋਂ ਉਹਨਾਂ ਦਾ ਬੋਡਾਪੇ ਦਾ ਸਹਾਰਾ ਹਮੇਸ਼ਾ ਦੇ ਲਈ ਦੂਰ ਕਰ ਦਿੱਤਾ ਗਿਆ ਉਹਨਾਂ ਦੀਆਂ ਅੱਖਾਂ ਤੋਂ ਓਲੇ ਕਰ ਦਿੱਤਾ ਗਿਆ ਇਸ ਮਾਵਾਬ ਦੇ ਵੱਲੋਂ ਹਮੇਸ਼ਾ ਹੀ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਦਰਦ-ਦਰ ਠੋਕਣਾ ਖਾਣੀਆਂ ਪੈ ਰਹੀਆਂ ਨੇ ਉਹਨਾਂ ਨੂੰ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦੀ ਇਹਨਾਂ ਦੀ ਨਹੀਂ ਸੁਣੀ ਉਹਨਾਂ ਨੂੰ ਬਿਲਕੁਲ ਵੀ ਇਨਸਾਫ ਨਹੀਂ ਮਿਲਿਆ ਅਜੇ ਤੱਕ ਫਿਰ ਵੀ ਉਹਨਾਂ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਕਿ ਤਾਂ ਕਿ ਪੁੱਤਰ ਨੂੰ ਇਨਸਾਫ ਦਿਵਾਇਆ ਜਾ ਸਕੇ ਪਰ ਪੁੱਤ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਪਰ ਪ੍ਰਸ਼ੰਸਕਾਂ ਦੀ ਸਿੱਧੂ ਮੂਸੇਵਾਲਾ ਦੀ ਕਮੀ ਤਾਂ ਨਹੀਂ ਹੈ ਫਿਰ ਵੀ ਪ੍ਰਸ਼ੰਸਕ ਜਦੋਂ ਐਤਵਾਰ ਨੂੰ ਜਾਂ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਪਿਤਾ ਨੂੰ ਮਿਲਦੇ ਨੇ ਤਾਂ ਆਪਣਾ ਦੁੱਖ ਸਾਂਝਾ ਕਰਦੇ ਨੇ ਤੇ ਮਾਤਾ ਪਿਤਾ ਦਾ ਵੀ ਦਰਦ ਅਕਸਰ ਹੀ ਚਲਕਦਾ ਦਿਖਦਾ ਹੈ ਅਕਸਰ ਹੀ ਸਿੱਧੂ ਮੂਸੇਵਾਲਾ ਦੀਆਂ ਪੋਸਟਾਂ ਜਿਹੜੀਆਂ ਮਾਤਾ ਪਿਤਾ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਬੇਸ਼ੱਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਇਹ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਸਿੱਧੂ ਮੂਸੇਵਾਲਾ ਦੇ ਆਪਣੀ ਮਾਤਾ ਦੇ ਨਾਲ ਬਹੁਤ ਹੀ ਪਿਆਰ ਸੀ ਬੇਸ਼ੱਕ ਪਿਤਾ ਦੇ ਨਾਲ ਵੀ ਬਹੁਤ ਪਿਆਰ ਸੀ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਉਹਨਾਂ ਦੇ ਵੱਲੋਂ ਅਕਸਰ ਹੀ ਸਿੱਧੂ ਨੂੰ ਯਾਦ ਕਰਦੇ ਆ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਪੋਸਟਾਂ ਦੇ ਵਿੱਚ ਮਾਂ ਦਾ ਦੁੱਖ ਅਕਸਰ ਹੀ ਚਲਕਦਾ ਦਿਖਾਈ ਦਿੰਦਾ ਹੈ ਅੱਜ ਵੀ ਉਹਨਾਂ ਦੇ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਪੜ੍ਹ ਕੇ ਹਰ ਕਿਸੇ ਦਾ ਦਿਲ ਰੋ ਪਵੇਗਾ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਆ ਜਾਣਗੇ ਤੇ ਇਹ ਦੇਖ ਕੇ ਪੋਸਟ ਹਰ ਕਿਸੇ ਦਾ ਦਿਲ ਦਹਿਲ ਜਾਏਗਾ ਕਿਉਂਕਿ ਇਸ ਪੋਸ ਦੇ ਵਿੱਚ ਮਾਂ ਨੇ ਆਪਣਾ ਦੁੱਖ ਬਿਆਨ ਕੀਤਾ ਹੈ ਮਾਤਾ ਚਰਨ ਕੌਰ ਨੇ ਇਸ ਪੋਸਟ ਦੇ ਵਿੱਚ ਕੀ ਲਿਖਿਆ ਹੈ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਇਸ ਪੋਸਟ ਦੇ ਵਿੱਚ ਮਾਤਾ ਚਰਨ ਕੌਰ ਲਿਖਦੇ ਨੇ ਕਿ ਸ਼ੁਭ 8.045 ਅਰਬ ਦੀ ਆਬਾਦੀ ਵਾਲੀ ਇਸ ਪੂਰੀ ਦੁਨੀਆ ਦੇ ਵਿੱਚ ਜੇ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਆਪਣੇ ਦੇਸ਼ ਦੇ 142 ਕਰੋੜ ਲੋਕਾਂ ਦੇ ਵਿੱਚੋਂ ਤੁਹਾਡੀ ਜਾਨ ਦੇ ਦੁਸ਼ਮਣ ਇਸ ਆਬਾਦੀ ਦੀ ਅੱਧੀ ਗਿਣਤੀ ਤੱਕ ਦੇ ਲੋਕ ਬਣ ਚੁੱਕੇ ਨੇ ਤਾਂ ਮੈਂ ਤੁਹਾਨੂੰ ਸਫਲਤਾ ਪ੍ਰਸ਼ੰਸਾ ਦੇ ਰਾਸਤੇ ਤੋਂ ਮੋੜ ਲਿਆਉਣਾ ਸੀ ਸ਼ੁਭ ਮੈਨੂੰ ਨਹੀਂ ਪਤਾ ਸੀ ਕਿ ਪੁੱਤ ਕਿ ਇਸ ਦੁਨੀਆ ਦੇ ਵਿੱਚ ਰਹਿੰਦੇ ਲੋਕਾਂ ਦੇ ਇੱਕ ਇੱਕ ਨਹੀਂ ਬਲਕਿ ਹਜ਼ਾਰਾਂ ਲੱਖਾਂ ਚਿਹਰੇ ਨੇ ਹੁਣ ਹਰ ਰੋਜ਼ ਕਿਸੇ ਨਾ ਕਿਸੇ ਦੇ ਚਿਹਰੇ ਤੋਂ ਤੁਹਾਡੇ ਆਪਣੇ ਕਹਿਣ ਵਾਲਾ ਨਕਾਬ ਉੱਤਰ ਰਿਹਾ ਏ ਪੁੱਤ ਮੈਨੂੰ ਐ ਲੱਗਦਾ ਜਿਵੇਂ ਦੁਨੀਆ ਦਾ ਅੱਧਾ ਹਿੱਸਾ ਤੁਹਾਡੇ ਖਿਲਾਫ ਖੜਾ ਹੈ ਉਹਨਾਂ ਕਾਤਲਾਂ ਦੇ ਤੇ ਸਾਜ਼ਿਸ਼ ਕੜਿਆਂ ਦੇ ਚਿਹਰਿਆਂ ਨੂੰ ਦੇਖ ਮੈਨੂੰ ਐਂ ਲੱਗਦਾ ਉਹਨਾਂ ਕਾਤਲਾਂ ਦੇ ਉਹਨਾਂ ਕਾਤਲਾਂ ਦੇ ਤੇ ਸਾਜ਼ਿਸ਼ ਕੜਿਆਂ ਦੇ ਚਿਹਰਿਆਂ ਨੂੰ ਦੇਖ ਕੇ ਮੈਨੂੰ ਉਹ ਦਿਨ ਯਾਦ ਆਉਂਦਾ ਜਦੋਂ ਮੈਂ ਤੁਹਾਡੇ ਛੋਟੇ ਹੁੰਦਿਆਂ ਨਜ਼ਰ ਦਾ ਟਿੱਕਾ ਲਾਇਆ ਕਰਦੀ ਸੀ ਤੇ ਅੱਜ ਮੈਂ ਉਹ ਪਲ ਨੂੰ ਵੱਖਰੇ ਢੰਗ ਦੇ ਨਾਲ ਮਹਿਸੂਸ ਕਰ ਰਹੀ ਹਾਂ ਕਾਸ਼ ਮੈਂ ਤੁਹਾਨੂੰ ਇਹਨਾਂ ਦਿਨਿੰਦਿਆਂ ਦੀਆਂ ਨਜ਼ਰਾਂ ਤੋਂ ਬਚਾ ਲੈਂਦੀ ਪੁੱਤ ਮੈਂ ਘੜੀ-ਘੜੀ ਇਸ ਦੁੱਖ ਨਾਲ ਜਿਉ ਰਹੀਆਂ ਕਿ ਉਹ ਜਉਂਦੇ ਆ ਪੁੱਤ ਉਹਨਾਂ ਦੇ ਚੱਲਦੇ ਸਾਥ ਤੁਹਾਡੇ ਨਾਂ ਹੋਣ ਦੀ ਗਵਾਹੀ ਭਰਦੇ ਰਹਿੰਦੇ ਨੇ ਮੇਰੀ ਬੇਵਸੀ ਵਿਚਾਨੀ ਵਿੱਚ ਬਦਲ ਗਈ ਹੈ ਸ਼ੁਭ ਮੈਂ ਕਿਸੇ ਨੂੰ ਨਹੀਂ ਸਮਝਾ ਸਕਦੀ ਕਿ ਮੈਂ ਕੀ ਕੀ ਮਹਿਸੂਸ ਕਰਦੀ ਹਾਂ ਉਹ ਤਾਂ ਮੇਰਾ ਜੀ ਨਹੀਂ ਲੱਗਦਾ ਇਸ ਰੰਗ ਬਦਲਨੀ ਦੁਨੀਆ ਵਿੱਚ ਫੋਕੀ ਸ਼ੌਹਰਤ ਦੀ ਭੁੱਲ ਵਾਲੀ ਹਕੂਮਤ ਦੀ ਕਟਿਆ ਰਾਜਨੀਤੀ ਮੇਰੇ ਤੋਂ ਸਹੀ ਨਹੀਂ ਜਾ ਰਹੀ ਮੇਰੇ ਬੱਚੇ ਸਿੱਧੂ ਮੂਸੇਵਾਲੇ ਦੀ ਮਾਂ ਦੀ ਇਸ ਪੋਸਟ ਤੋਂ ਦੁੱਖ ਝਲਕਦਾ ਅਕਸਰ ਹੀ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਉਹ ਆਪਣਾ ਦੁੱਖ ਬਿਆਨ ਕਰ ਰਹੀ ਹੈ ਤੇ ਆਪਣਾ ਦੁੱਖ ਦੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਉਹ ਕਿੰਨੀ ਦੁਖੀ ਹੈ ਹਜੇ ਵੀ ਪੁੱਤਰ ਦੀ ਮੌਤ ਤੋਂ ਬਾਅਦ ਵਿੱਚ ਇਹਨਾਂ ਮਾਤਾ ਪਿਤਾ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਤੇ ਇਸ ਮਾਹ ਦੇ ਦੁਖਸਬੰਦੀ ਤੁਸੀਂ ਕੀ ਕਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੇਕਰ ਖਬਰ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ